हाँ जी, सत श्री अकाल सारिआं नूं। की हाल चाल है तुहाडा सारिआं दा? लो, तुहानूं असीं दिखालदे आं अपना चलते हैं गार्डन। अज अपना गार्डन। देखो किन्ने सोहणे बूटे लगे हुआ हा। इहदी सजावट देखो तुसीं किन्नी सोहणी आ। देखो किन्ना सोहणा लगदा आ। इह उपरों बूटा इदां दा आ, ये इदा थले तकर देखो, यदि इदा पत्ते निकले हुआ सैड नू, इदा किन्ने सोहने लगते। गब्बे ऐन जिदा है ना पेंसिल हुंदी आ, तुहानू दिखाल दे आ इस तरह। आ देखो, आ देखो इदा दिखाल दे आ तुहानू। ये ओ देखो, ये थल्यों इदा आ गब्बे, ये ऐन एकदम सीधा बूटा आ, बहुत सोहना आ। पैरट कलर देखो किन्ना सोहना लगता। देखो थानू होर भी दिखा दे हैं फ्रेंड्स। ये देखो बिच बड़े हो गए आ। ये साडा बूटा हैगा निम दा। बाकी गाइस, असी इस पोलीथिन बिच मिट्टी पाई आ, ते थोड़ा जिहा जिदा ये थले रेता भी पाया होया आ। ठीक है जी, ज़्यादा नहीं पाया सी। बाकी होर घा घू हरा पाया सगा। इदां दियां मटीरियल जो किचन वेस्ट होंदी आ वो बिच पाती सगी। ठीक है जी, सब्जियां दे जो छिल्लड़ वगैरह होंदे आ। तो देखो बूटा किन्ना सोहना होया। इहनूं टमाटर लगे हुआ, 5-6 टमाटर तां असीं इहदे नाल तोड़ भी ले आ। ये हुण 3 क टमाटर रह गए आ इहदे उपर। ये साडा शिमला मिर्च दा बूटा, इहनूं भी दिखावांगे गांह शिमला मिर्चां लगदियां। बाकी आ देखो, असी गां होर बूटे रेडी किते सीगे। इहदे विच कुछ आ बेल होइयो आ, कद्दू दी आ, पता नहीं किहदी आ, लाए सीगे नहीं पता किहड़ी बेल वा इह। आ कुछ जानवरां ने पट्टतियां खरिया, इह तां सारियां बेलां कढ दित्तियां विच्चों। देखो आ देखो, संतरे का बूटा निक्का जिहा होया आ। पैरट कलर का आ बूटा तुसीं दसना है कमेंट करके कि इह किहड़ा बूटा आ ते किदां दा लगा तुहानू। देखो किन्ना सोहना लगता है। ये असीं सैडां ते है ना इदां नाल नाल इदां लाते। देखो किन्ने सोहने लगते आ तुहानू, है ना। मोरनिंग टाइम दिखावांगे किसी वेले, ਜਿਹੜੇ ਮੋਰਨਿੰਗ ਟਾਈਮ ਹੈ ਨਾ ਸਵੇਰੇ ਸਵੇਰੇ ਦੇ, ਉਸ ਟਾਈਮ ਤੁਸੀਂ ਦੇਖਿਓ ਇਹ ਬੂਟੇ ਕਿੰਨੇ ਸੋਹਣੇ ਸੋਹਣੇ ਲੱਗਦੇ ਹੁੰਦੇ। ਆਹ ਦੇਖੋ ਗਮਲੇ 'ਚ ਲਾਇਆ ਹੋਇਆ ਆ। ਠੀਕ ਆ ਜੀ, ਕਿੰਨਾ ਸੋਹਣਾ ਲੱਗਦਾ ਇਹ ਵੀ। ਇਹ ਚੁਕੰਦਰ ਲੱਗੇ ਹੋਏ ਆ ਵਿੱਚ। ਠੀਕ ਆ ਗਾਈਸ, ਆਹ ਪੈਰਟ ਕਲਰ ਦੇ ਉਹ ਬੂਟੇ ਇੱਧਰ ਵੀ ਲੱਗੇ ਹੋਏ ਆ। ਠੀਕ ਆ ਜੀ, ਬਾਕੀ ਅਸੀਂ ਵਿੱਚੋਂ ਬਹੁਤ ਕੁਛ ਇੱਦਾਂ ਦਾ ਪੱਟ ਦਿੱਤਾ ਆ। ਬਾਕੀ ਗਾਂ ਤੇ ਗਾਂ ਤੁਹਾਨੂੰ ਹੋਰ ਦਿਖਾਵਾਂਗੇ ਗਾਈਸ। ਚਲੋ ਆ ਜਾਓ, ਤੁਹਾਨੂੰ ਹੋਰ ਦਿਖਾਲਦੇ ਹਾਂ। ਇਹ ਦੇਖੋ ਇਹ ਗੁਲਾਬ ਦਾ ਬੂਟਾ ਇਹ ਲੱਗਾ ਹੋਇਆ ਆ। ਠੀਕ ਆ ਜੀ, ਇਹ ਗੁਲਾਬ ਦਾ ਬੂਟਾ ਆ। ਬਾਕੀ ਅਸੀਂ ਜਿੱਦਾਂ ਜਿਹੜੇ ਹੁੰਦੇ ਆ ਉਹ ਤਾਂ ਨਹੀਂ ਤੋੜੀਦੇ, ਕਿਉਂਕਿ ਬੂਟੇ 'ਤੇ ਫੁੱਲ ਲੱਗੇ ਵੀ ਸੋਹਣੇ ਲੱਗਦੇ ਆ। ਅਸੀਂ ਇਸੇ ਕਰਕੇ ਬੂਟੇ ਤੋਂ ਫੁੱਲ ਤੋੜੀਦੇ ਨਹੀਂ ਗੇ। ਜਦੋਂ ਥੋੜ੍ਹੇ ਇਸੇ ਤਰ੍ਹਾਂ ਦੇ ਹੋ ਜਾਂਦੇ ਆ, ਸੁੱਕ ਜਾਂਦੇ ਆ, ਅਤੇ ਫਿਰ ਅਸੀਂ ਇਹਨਾਂ ਨੂੰ ਤੋੜ ਲਈਦਾ ਆ। ਤੋੜ ਕੇ ਅਸੀਂ ਰੱਖ ਲਈਦਾ ਆ ਇਹਨੂੰ। ਫਿਰ ਜਿੱਦਾਂ ਜਿਹੜਾ ਸਾਬਤ ਮਸਾਲਾ ਹੁੰਦਾ ਆ ਉਹਦੇ ਵਿੱਚ ਵੀ ਯੂਜ਼ ਕਰ ਲਈਦਾ ਆ, ਅਤੇ ਹੋਰ ਗੁਲਕੰਦ ਵੀ ਬਣਾ ਸਕਦੇ ਹਾਂ। ਇਹ ਹੈਗੇ ਆਪਣੇ ਬੰਦ ਗੋਭੀ ਦੇ ਬੂਟੇ ਜੀ। ਇਹ ਗਾਈਸ ਆਪਣਾ ਹੈਗਾ ਆ ਸੰਤਰੇ ਦਾ ਬੂਟਾ। ਇਹ ਪੈਰਟ ਕਲਰ ਦਾ ਬੂਟਾ, ਇਹਨੂੰ ਪਾਣੀ ਪਾਵਾਂਗੇ ਵੀ ਬੂਟਾ ਸੁੱਕ ਗਿਆ ਆ। ਆਹ ਗਮਲੇ 'ਚੋਂ ਅਸੀਂ ਅੱਜ ਪੱਟ ਲਿਆ ਸੀਗਾ। ਸ਼ਿਮਲਾ ਮਿਰਚ ਦਾ ਬੂਟਾ ਇੱਕ ਲੱਗਾ ਹੋਇਆ ਸੀ, ਉਹ ਅਸੀਂ ਉੱਧਰ ਲਾਤਾ ਆ। ਇਹ ਅਮਰੂਦ ਦਾ ਬੂਟਾ ਲੱਗਾ ਹੋਇਆ ਆ। ਇਹ ਦੇਖੋ ਅਸੀਂ ਡੱਬੇ ਨੂੰ ਕੱਟ ਕੇ ਉਹਦੇ ਵਿੱਚ ਲਾਤਾ ਬੂਟਾ। ਇਹ ਸਾਡੇ ਸੰਤਰੇ ਦਾ ਬੂਟਾ ਫਿਰ ਲੱਗਾ ਆ, ਅਤੇ ਇਸ ਤੋਂ ਵੱਡਾ ਬੂਟਾ ਸੰਤਰੇ ਦਾ ਦਿਖਾਵਾਂਗੇ। ਇਹ ਦੇਖੋ ਇਹ ਸਭ ਤੋਂ ਵੱਡਾ ਬੂਟਾ ਆ, ਇਹਨੂੰ ਬਹੁਤ ਸੰਤਰੇ ਲੱਗਦੇ ਆ। ਤੁਹਾਨੂੰ ਜਦੋਂ ਇਹਨੂੰ ਸੰਤਰੇ ਲੱਗੂਗੇ ਦਿਖਾਵਾਂਗੇ। ਅਤੇ ਇਹਦੇ ਵਿੱਚ ਚਿੜੀਆਂ ਵੀ ਨਿੱਕੀਆਂ ਨਿੱਕੀਆਂ ਰਹਿੰਦੀਆਂ, ਉਹਨਾਂ ਦੇ ਘਰ ਬਣਾਇਓ ਆਪਣੇ ਉਹਨਾਂ ਨੇ। ਠੀਕ ਆ ਜੀ, ਬਹੁਤ ਸੋਹਣੀਆਂ ਆ ਨਿੱਕੀਆਂ ਨਿੱਕੀਆਂ ਚਿੜੀਆਂ ਆ।
ਇਹ ਹੈਗਾ ਸਾਡਾ ਸੰਤਰੇ ਦਾ ਬੂਟਾ। ਠੀਕ ਹੈ ਜੀ। ਬਾਕੀ ਫਰੈਂਡਸ ਕਮੈਂਟ ਕਰਕੇ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ। ਤੁਹਾਡੇ ਲਈ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਇੱਦਾਂ ਆਉਂਦੇ ਰਹਾਂਗੇ। ਠੀਕ ਆ ਜੀ। ਤੁਸੀਂ ਵੀਡੀਓ ਨੂੰ ਕਰਨਾ ਲਾਈਕ ਅਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ। ਠੀਕ ਆ ਜੀ। ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੇ ਚੰਗੀ ਲੱਗੀ ਤਾਂ। ਠੀਕ ਆ ਜੀ। ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦਿਖਾਇਆ ਕਰਾਂਗੇ ਅਸੀਂ। ਠੀਕ ਆ। ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਵੀਡੀਓ ਕਿੱਦਾਂ ਦੀ ਲੱਗੀ ਆ। ਬਾਕੀ ਉਹ ਦੇਖੋ ਇੱਕ ਕਬੂਤਰ ਵਾ ਅਤੇ ਇੱਕ ਸਰਕ ਵਾ ਜਿਹੜੀ ਰੋਟੀ ਚੁਗ ਖਾਂਦੇ ਆ। ਇਹਨਾਂ ਨੂੰ ਅਸੀਂ ਇੱਥੇ ਰੋਟੀ ਪਾ ਦੀ ਦੀ ਆ ਅਤੇ ਇੱਥੇ ਖਾਣ ਆਉਂਦੇ ਆ ਰੋਜ਼ ਸਵੇਰ ਦੇ ਟਾਈਮ। ਦੇਖਿਓ ਕਿੰਨੇ ਹੁੰਦੇ ਆ। ਬਾਕੀ ਇਹ ਸਾਡਾ ਅੰਬ ਦਾ ਬੂਟਾ ਆ। ਠੀਕ ਆ ਜੀ। ਆਏ ਦੇਖੋ ਸਾਡੀ ਬੰਦ ਗੋਭੀ ਲੱਗੀ ਹੋਈ ਆ। ਇਹ ਹੈਗਾ ਸਾਡਾ ਪੂਤਨਾ। ਨਹੀਂ ਤੇਰਾ ਬੜਾ ਕਰਾਰ ਆ ਪੂਤਨਾ। ਇਹ ਹੈਗਾ ਜੀ ਸਾਡਾ ਪੂਤਨਾ। ਦੇਖੋ ਕਿੱਡਾ ਕਿੱਡਾ ਵੱਡਾ ਪੂਤਨਾ। ਠੀਕ ਆ ਜੀ। ਨਿੰਮ ਦੇਖੋ ਸਾਡੀ ਕਿੰਨੀ ਸੋਹਣੀ ਆ। ਠੀਕ ਆ ਜੀ। ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼। ਠੀਕ ਆ। ਤੁਹਾਨੂੰ ਹੋਰ ਵੀ ਇੱਦਾਂ ਦੀਆਂ ਚੀਜ਼ਾਂ ਦਿਖਾਇਆ ਕਰਾਂਗੇ। ਬਾਕੀ ਇਹ ਹੈਗਾ ਆਪਣਾ ਬਲੌਗ। ਠੀਕ ਆ ਜੀ। ਤੁਸੀਂ ਪਹਿਲਾ ਕਹਿ ਸਕਦੇ ਆ, ਦੂਜਾ ਬਲੌਗ ਕਹਿ ਸਕਦੇ, ਤੀਜਾ ਵੀ ਜੋ ਤੁਸੀਂ ਰੱਖੋ। ਅਸੀਂ ਤਾਂ ਆਪਣੇ ਲਈ ਬਣਾ ਕੇ ਪਾਤਾ ਆ। ਠੀਕ ਆ ਜੀ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜ਼ਰੂਰ। ਤੁਹਾਡੀ ਸਪੋਰਟ ਨਾਲ ਆ ਸਭ ਕੁਛ ਗਾਈਸ। ਠੀਕ ਆ। ਤੁਸੀਂ ਸਪੋਰਟ ਕਰਿਓ ਸਾਰੇ ਜਾਣੇ। ਤੁਹਾਡੀ ਸਪੋਰਟ ਨਾਲ ਅਸੀਂ ਅੱਗੇ ਜਾਵਾਂਗੇ। ਬਾਕੀ ਪੈਰਟ ਕਲਰ ਦਾ ਤੁਸੀਂ ਜ਼ਰੂਰ ਬੂਟੇ 'ਤੇ ਕਮੈਂਟ ਕਰਨਾ ਕਿ ਇਹ ਬੂਟਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ। ਠੀਕ ਆ ਜੀ। ਬਾਕੀ ਇਹਦਾ ਨਾਮ ਨਹੀਂ ਪਤਾ ਮੈਨੂੰ ਕੀ ਆ, ਤੁਸੀਂ ਦੱਸਣਾ। ਠੀਕ ਆ ਸਾਰਿਆਂ ਨੇ। ਓਕੇ ਬਾਏ ਗਾਈਸ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ। ਲਵ ਯੂ ਸਾਰਿਆਂ ਨੂੰ।